ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅਤੇ ਅੱਜ ਮੈਂ ਬਣਾ ਰਹੀ ਹਾਂ ਜੰਗਲੀ ਕਰੇਲਾ। ਇਹ ਕਰੇਲਾ ਬਿਲਕੁਲ ਵੀ ਕੌੜਾ ਨਹੀਂ ਹੁੰਦਾ, ਮਿੱਠਾ ਕਰੇਲਾ ਹੁੰਦਾ ਵੈ, ਮਤਲਬ ਬਿਲਕੁਲ ਮਿੱਠਾ ਵੀ ਨਹੀਂ, ਨੋਰਮਲ ਜਿਸ ਤਰ੍ਹਾਂ ਸਬਜ਼ੀਆਂ ਹੁੰਦੀਆਂ ਨੇ ਸਬਜ਼ੀਆਂ ਦਾ ਟੇਸਟ ਹੁੰਦਾ ਵੈ, ਉਸ ਤਰ੍ਹਾਂ ਦਾ ਟੇਸਟ ਹੁੰਦਾ ਇਹਦਾ। ਅਤੇ ਆਓ ਤੁਹਾਨੂੰ ਮੈਂ ਦੱਸਦੀ ਹਾਂ ਕਿ ਅਸੀਂ ਜੰਗਲੀ ਕਰੇਲਾ ਕਿੱਦਾਂ ਬਣਾਵਾਂਗੇ। ਅਤੇ ਵੈਸੇ ਤਾਂ ਮੈਂ ਦੂਸਰੀ ਵਾਰ ਇਹ ਕਰੇਲਾ ਬਣਾ ਰਹੀ ਹਾਂ, ਪਹਿਲੀ ਵਾਰ ਜਦੋਂ ਮੈਂ ਬਣਾਇਆ ਸੀ ਬਹੁਤ ਟੇਸਟੀ ਬਣਿਆ ਸੀ, ਬਹੁਤ ਸਵਾਦ ਲੱਗਿਆ ਮੈਨੂੰ। 1 ਚਮਚ ਅਦਰਕ ਲਸਣ ਦਾ ਪੇਸਟ, 2 ਪਿਆਜ਼ ਬਰੀਕ ਕੱਟੇ ਹੋਏ, 1 ਚਮਚ ਮਿਰਚ ਦਾ, 1 ਚਮਚ ਲੂਣ ਦਾ, ਥੋੜ੍ਹਾ ਜਿਹਾ ਸੁੱਕਾ ਧਨੀਆ, ਥੋੜ੍ਹਾ ਜੀਰਾ, ਥੋੜ੍ਹੀ ਜਿਹੀ ਕਾਲੀ ਸਰਸੋਂ, ਧਨੀਆ ਪਾਊਡਰ ਅਤੇ 1 ਚਮਚ ਹਲਦੀ ਦਾ ਪਾਊਡਰ। ਅਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕੱਟ ਕੇ ਕਿੱਦਾਂ ਕੱਟੀਦੇ ਇਹਨਾਂ ਨੂੰ। ਦੇਖੋ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਕੱਟਾਂਗੇ, ਤੁਸੀਂ ਚਾਹੇ ਕੋਈ ਵੀ ਸ਼ੇਪ ਦੇ ਸਕਦੇ ਹੋ, ਜਿਸ ਤਰ੍ਹਾਂ ਅਸੀਂ ਦੂਸਰੇ ਕਰੇਲੇ ਭਰ ਕੇ ਬਣਾਉਂਦੇ ਹਾਂ। ਉਹ ਇਸ ਲਈ ਭਰ ਕੇ ਬਣਾਉਂਦੇ ਕਿਉਂਕਿ ਉਹ ਕੌੜੇ ਹੁੰਦੇ ਨੇ, ਪਰ ਇਹ ਕੌੜੇ ਨਹੀਂ ਹੁੰਦੇ, ਇਹਨੂੰ ਇਸ ਤਰ੍ਹਾਂ ਵੀ ਕੱਟ ਕੇ ਖਾ ਸਕਦੇ ਹਾਂ ਅਤੇ ਇਹਨਾਂ ਦੇ ਬੀਜ ਕੱਢ ਸਕਦੇ ਹਾਂ। ਜੇ ਤੁਹਾਨੂੰ ਨਹੀਂ ਪਸੰਦ ਤਾਂ ਇਹਨਾਂ ਦੇ ਬੀਜ ਵਿੱਚੋਂ ਕੱਢ ਸਕਦੇ ਹੋ। ਇਹ ਦੇਖੋ ਇਸ ਤਰ੍ਹਾਂ ਬੀਜਾਂ ਨੂੰ ਕੱਢ ਦਿਉ ਅਤੇ ਸਾਈਡਾਂ ਦਾ ਪਕਾ ਲਓ, ਅਤੇ ਬਹੁਤ ਹੀ ਵਧੀਆ ਬਣਦਾ ਹੈ। ਅਤੇ ਨੋਰਮਲ ਸਬਜ਼ੀਆਂ ਜਿਸ ਤਰ੍ਹਾਂ ਆਪਣੀਆਂ ਬਣਦੀਆਂ ਉਸੇ ਤਰ੍ਹਾਂ ਬਣਦਾ, ਬਿਲਕੁਲ ਵੀ ਕੌੜਾ ਨਹੀਂ ਬਣਦਾ। ਤੁਸੀਂ ਚਾਹੋ ਤਾਂ ਭਰ ਕੇ ਵੀ ਬਣਾ ਸਕਦੇ ਹੋ ਅਤੇ ਇਸ ਤਰ੍ਹਾਂ ਵੀ ਕੱਟ ਕੇ ਬਣਾ ਸਕਦੇ ਹੋ, ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਮਰਜ਼ੀ ਤੁਸੀਂ ਲੈ ਲਓ। ਅਤੇ ਇੱਕ ਜਿਹੜਾ ਮੈਂ ਕੱਪ 'ਚ ਪਾਣੀ ਲਿਆ ਵਾ ਇਹਦੇ 'ਚ ਡੋਂਗੇ 'ਚ, ਉਹਦੇ 'ਚ ਮੈਂ 1 ਚਮਚ ਲੂਣ ਦਾ ਪਾਇਆ ਤਾਂ ਕਿ ਚੰਗੀ ਤਰ੍ਹਾਂ ਧੁਲ ਜਾਣ ਅਤੇ ਕੌੜਾਪਨ ਤਾਂ ਬਿਲਕੁਲ ਵੀ ਨਹੀਂ ਹੈ ਇਹਨਾਂ ਦੇ ਵਿੱਚ। ਦੇਖੋ ਮੈਂ ਵਿੱਚ ਬੀਜ ਕੱਢ ਵੀ ਰਹੀ ਹਾਂ, ਜਿਹੜੇ ਜਿਹੜੇ ਮੈਨੂੰ ਪੱਕੇ ਹੋਏ ਲੱਗ ਰਹੇ ਨੇ ਮੈਂ ਕੱਢ ਰਹੀ ਹਾਂ, ਪਰ ਜਿਹੜੇ ਜਿਹੜੇ ਨਰਮ ਨੇ, ਸੋਫਟ ਨੇ, ਉਹਨਾਂ ਨੂੰ ਮੈਂ ਵਿੱਚ ਐਡ ਕਰ ਰਹੀ ਹਾਂ। ਅਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਸ਼ੇਪ 'ਚ, ਗੋਲ ਸ਼ੇਪ ਜਾਂ ਲੰਬਾਈ ਸ਼ੇਪ 'ਚ ਕੱਟ ਸਕਦੇ ਹੋ। ਅਤੇ ਆਹ ਦੇਖੋ ਇਹਦੇ ਬੀਜ ਨੇ ਜਿਹੜੇ, ਇਹ ਵਾਲੇ ਥੋੜ੍ਹੇ ਸੋਫਟ ਲੱਗਦੇ ਨੇ, ਇਹ ਪੱਕੇ ਹੋਏ ਬੀਜ ਨਹੀਂ ਲੱਗ ਰਹੇ, ਬਾਕੀ ਜਿਹੜੇ ਪੱਕੇ ਹੋਏ ਨੇ ਉਹ ਮੈਂ ਕੱਢ ਰਹੀ ਹਾਂ। ਬਸ ਇਸੇ ਤਰ੍ਹਾਂ ਤੁਸੀਂ ਦੇਖੋ ਕੱਟ ਕੇ ਜਿਸ ਤਰ੍ਹਾਂ ਦੀ ਮਰਜ਼ੀ ਸ਼ੇਪ ਦੇ ਕੇ ਇਹਨੂੰ ਤਿਆਰ ਕਰਨਾ। ਅਤੇ ਸਾਰੇ ਹੀ ਕਰੇਲੇ ਮੈਂ ਇਸੇ ਤਰ੍ਹਾਂ ਕੱਟ ਲਵਾਂਗੀ। ਇਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਸਲਣਾ ਉਹਦੇ ਵਿੱਚ, ਤਾਂ ਕਿ ਜਿਹੜੀ ਇਹਦੇ ਵਿੱਚ ਗੰਦਗੀ ਹੈ ਉਹ ਸਾਰੀ ਨਿਕਲ ਜਾਏ। ਉਹ ਵੀ ਪਾਣੀ ਵਿੱਚ, ਲੂਣ ਵਾਲੇ ਪਾਣੀ ਵਿੱਚ ਅਸੀਂ ਇਹਨੂੰ ਧੋਣਾ ਵੈ। ਅਤੇ ਹੁਣ ਮੈਂ 2 ਚਮਚ ਤੇਲ ਦਾ ਪਾਇਆ ਕੜਾਹੀ ਵਿੱਚ, ਤੇਜ਼ ਪੱਤਾ ਪਾਇਆ ਮੈਂ, ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ, ਅਤੇ ਸਕਿੱਪ ਕਰ ਦੇਣਾ। ਸਰਸੋਂ ਐਡ ਕਰ ਰਹੀ ਹਾਂ, ਜੀਰਾ ਐਡ ਕਰ ਰਹੀ ਹਾਂ ਮੈਂ, ਅਤੇ ਸੁੱਕਾ ਧਨੀਆ ਪਾ ਰਹੀ ਹਾਂ। ਇਹਨਾਂ ਨੂੰ ਅਸੀਂ ਭੁੰਨ ਲਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਅਦਰਕ ਲਸਣ ਪਾਵਾਂਗੇ। ਦੇਖੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ, ਹੁਣ ਮੈਂ ਅਦਰਕ ਲਸਣ ਦਾ ਪੇਸਟ ਪਾ ਦਿੰਦੀ ਹਾਂ। ਅਦਰਕ ਲਸਣ ਦਾ ਪੇਸਟ ਵੀ ਬਰਾਊਨ ਕਰਕੇ ਅਸੀਂ ਇਹਦੇ 'ਚ ਪਿਆਜ਼ ਐਡ ਕਰ ਰਹੇ ਹਾਂ। ਪਿਆਜ਼ ਵੀ ਅਸੀਂ ਬਰਾਊਨ ਕਰਾਂਗੇ ਚੰਗੀ ਤਰ੍ਹਾਂ, ਪਿਆਜ਼ਾਂ ਨੂੰ ਭੁੰਨ ਲਵਾਂਗੇ। ਇਹਨੇ 10 ਮਿੰਟ ਲੱਗਣਗੇ ਭੁੰਨਣ ਵਿੱਚ। ਦੇਖੋ ਮੈਂ ਲੋਅ ਫਲੇਮ 'ਤੇ ਭੁੰਨੇ ਸੀ, 10 ਮਿੰਟ ਤਾਂ ਲੱਗ ਗਏ ਸੀ ਇਹਨਾਂ ਨੂੰ ਭੁੰਨਣ ਵਿੱਚ, ਬਹੁਤ ਘੱਟ ਫਲੇਮ ਦੇ 'ਚ। ਅਤੇ ਹੁਣ ਮੈਂ ਇਹਦੇ ਵਿੱਚ ਕਰੇਲੇ ਐਡ ਕਰ ਦਾਂਗੀ, ਮਸਾਲੇ ਅਸੀਂ ਬਾਅਦ 'ਚ ਐਡ ਕਰਾਂਗੇ, ਨੂਣ ਮਿਰਚ ਹਲਦੀ ਵਗੈਰਾ ਜੋ ਵੀ ਹੈ। ਪਹਿਲਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ 10 ਮਿੰਟ ਤੱਕ ਹੋਰ ਭੁੰਨਾਂਗੀ ਇਹਦੇ ਵਿੱਚ ਤੜਕੇ ਵਿੱਚ, ਪਿਆਜ਼ਾਂ ਨਾਲ ਇਹਨਾਂ ਨੂੰ ਭੁੰਨਾਂਗੇ ਅਸੀਂ। ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਅਸੀਂ ਇਹਨੂੰ, ਜਦ ਤੱਕ ਇਹ ਨਰਮ ਨਾ ਹੋ ਜਾਣ ਉਦੋਂ ਤੱਕ ਅਸੀਂ ਇਹਨੂੰ ਭੁੰਨਾਂਗੇ। 10 ਮਿੰਟ ਤੱਕ ਨਰਮ ਹੋ ਜਾਂਦੇ ਨੇ ਇਹ, ਮਤਲਬ ਕਿ ਤੁਸੀਂ ਕੱਟ ਕੇ ਦੇਖੋਗੇ ਇਹਨੂੰ ਚਮਚ ਨਾਲ, ਅਤੇ ਇਹ ਕੱਟਣਾ ਚਾਹੀਦਾ ਵੈ, ਇੰਨਾ ਸੋਫਟ ਹੋ ਜਾਂਦਾ ਵੈ ਇਹ ਭੁੰਨਣ ਨਾਲ। ਦੇਖੋ ਹੋ ਚੁੱਕਿਆ ਵੈ, 10 ਮਿੰਟ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਹਾਂ, ਕਾਫੀ ਸੋਫਟ ਹੋ ਗਿਆ, ਮੈਂ ਕੱਟ ਕੇ ਵੀ ਦਿਖਾ ਦਿੰਦੀ ਹਾਂ। ਦੇਖੋ ਅਤੇ ਇਹ ਸੋਫਟ ਹੋ ਗਏ ਨੇ, ਅਤੇ ਹੁਣ ਇਸ ਤੋਂ ਬਾਅਦ ਅਸੀਂ ਸਾਰੇ ਮਸਾਲੇ ਐਡ ਕਰ ਦਾਂਗੇ ਇਹਦੇ ਵਿੱਚ। ਲੂਣ ਪਾ ਦਾਂਗੇ,
ਮਿਰਚ ਪਾ ਦਾਂਗੇ, ਹਲਦੀ ਵੀ ਪਾ ਦਾਂਗੇ ਅਤੇ ਧਨੀਆ ਪਾਊਡਰ ਵੀ ਐਡ ਕਰ ਦਾਂਗੇ। ਦੇਖੋ ਸਾਰੇ ਮਸਾਲੇ ਅਸੀਂ ਪਾਤੇ ਨੇ, ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ। ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਥੋੜ੍ਹੀ ਦੇਰ ਹੋਰ ਪਕਾਵਾਂਗੇ, 10 ਮਿੰਟ ਹੋਰ ਲੈ ਲਓ। ਬਹੁਤ ਲੋਅ ਫਲੇਮ 'ਤੇ 10 ਮਿੰਟ ਤੱਕ ਇਹਨੂੰ ਚੰਗੀ ਤਰ੍ਹਾਂ ਭੁੰਨਿਆ ਮੈਂ, ਅਤੇ ਤੁਸੀਂ ਚਾਹੋ ਤਾਂ ਟਮਾਟਰ ਵੀ ਬਰੀਕ ਕਰਕੇ ਇਹਦੇ ਉੱਤੇ ਪਾ ਸਕਦੇ ਹੋ, ਤੁਹਾਡੀ ਮਰਜ਼ੀ। ਅਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ, ਅਤੇ ਮੈਂ ਤਾਂ ਐਡ ਨਹੀਂ ਕੀਤਾ, ਅਗਰ ਤੁਸੀਂ ਚਾਹੋ ਤਾਂ ਪਾ ਸਕਦੇ ਹੋ। ਅਤੇ ਦੇਖੋ ਇਹ ਬਹੁਤ ਸੋਹਣੀ ਵਧੀਆ ਜੀ ਕ੍ਰਿਸਪੀ ਜੀ ਟੇਸਟੀ ਜੀ ਸਬਜ਼ੀ ਬਣ ਗਈ, ਔਰ 1% ਵੀ ਇਹਦੇ ਵਿੱਚ ਕੌੜਾਪਨ ਨਹੀਂ ਆਏਗਾ, ਨੋਰਮਲ ਟੇਸਟ ਆਉਂਦਾ ਵਾ, ਔਰ ਬਹੁਤ ਟੇਸਟੀ ਸਬਜ਼ੀ ਬਣੀ ਸੀ, ਮੈਨੂੰ ਬਹੁਤ ਪਸੰਦ ਆਈ ਹੈ, ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਅਤੇ ਜੇ ਤੁਹਾਨੂੰ ਇਹ ਰੈਸਿਪੀ ਪਸੰਦ ਆਈ ਹੈ ਤਾਂ ਪਲੀਜ਼ ਕਮੈਂਟਸ ਕਰਕੇ ਜ਼ਰੂਰ ਦੱਸਣਾ, ਅਤੇ ਮੇਰੀ ਅਗਲੀ ਵੀਡੀਓ ਲਈ ਜੇ ਤੁਹਾਨੂੰ ਕੋਈ ਰੈਸਿਪੀ ਬਣਵਾਉਣੀ ਹੈ ਤਾਂ ਮੈਨੂੰ ਜ਼ਰੂਰ ਦੱਸਣਾ। ਮਿਲਦੇ ਹਾਂ ਅਗਲੀ ਰੈਸਿਪੀ 'ਤੇ, ਸਤਿ ਸ਼੍ਰੀ ਅਕਾਲ।